ਹਾਂਜੀ, ਕੀ ਹਾਲ ਸਾਰੇ ਵੀਰਾਂ ਦਾ? ਹੋਰ ਕੀ ਬਣਦਾ ਕਰਦਾ ਮੇਰੇ ਵੀਰੋ? ਉੱਥੇ ਸੈੱਟਾਂ ਵੀ ਸਾਰੇ ਵੀਰਾਂ ਦੇ ਹੋ ਜਾਬਾਂ ਕਿੱਧਰਾਂ? ਇਹ ਪੰਗਾ, ਇਹ ਪੰਗਾ। ਚਲੋ ਭਾਈ, ਹੋਈ ਇੱਕ ਰਾਂ ਖੋਲ੍ਹਿਆ ਜੇ ਤਾਲੇ ਲੈ ਕੇ ਬਾਬੇ ਦਾ ਨਾਂ ਖੋਲ੍ਹੇ ਭਾਈ। ਕਬੂਤਰ ਹੁਣ ਵਿਹਲੇ ਅਤੇ ਹੁਣ ਛੱਡ ਦਿੰਦੇ ਹਾਂ ਡਾਰ ਆਪਾਂ, ਵੇਖੀ ਚੱਲੋ। ਲਓ ਜੀ, ਪਹਿਲੇ ਨੰਬਰ 'ਤੇ ਆ ਗਈ ਟੂਸੇ ਡੰਡੇ ਵਾਲੀ ਬਈਆ ਆਪਣੀ ਚਲਖੰਡ, ਜਮਾਂ ਵਿਹਲੀ ਸੀ ਬਈ ਕਬੂਤਰੀ। ਦੂਜੇ ਨੰਬਰ 'ਤੇ ਆ ਗਈ ਢਿੱਡ ਟੂਸੇ ਵਾਲੀ ਬਈ, ਗੁਲਾਬੀ ਢਿੱਡ ਗੁਲਾਬੀ ਟੂਸਾ। ਲਓ ਜੀ, ਤੀਜੇ ਨੰਬਰ 'ਤੇ ਆ ਗਈ ਕੰਡ ਕਾਂਦ ਵਾਲੀ, ਹਰਾ ਕੰਡ ਗੁਲਾਬੀ ਕਾਂਦ। ਅਤੇ ਹੁਣ ਛਿਆੜਦੇ ਜੀ ਹਰੀ ਗੁਲਾਬੀ ਬਗਲ ਕਾਲੀ ਚੀਨੀ। ਛਿਆਲ ਬਾਹਲੀ ਅੱਛ ਵੀ ਹੈ ਨਾ ਤੁਹਾਡੇ। ਲਓ ਜੀ, ਇੱਕ ਛਿਆੜਦੇ ਗੁਲਾਬੀ ਟੂਸਾ ਟੋਰੀ ਆਪਣੀ, ਹੈ ਨਾ ਛਿਆਲਖੰਡ। ਅਤੇ ਕਬੂਤਰਾਂ ਵਾਲੇ ਪਾਸਿਓਂ ਬਈ ਸਿਰਫ ਮੋਜਾ ਅਤੇ ਆਪਣਾ ਹਰੇ ਟੂਸੇ ਵਾਲਾ ਵਿਹਲਾ, ਹੈ ਨਾ। ਅਤੇ ਇੱਧਰੋਂ ਹਰੀ ਕਾਂਤ ਵਾਲੀ ਅੰਦਰ ਹੀ ਮਾੜੇ ਮੋਟੇ ਦਾਣੇ ਜਿਹੇ ਪਏ ਆ ਯਾਰ, 2000 ਕੁ। ਲਓ ਜੀ, ਅਤੇ ਹਰੇ ਟੂਸਿਆਂ ਨੂੰ ਦੇ ਕੇ ਬਈ 10 ML ਪਾਣੀ ਅੱਜ ਦੂਜੇ ਦਿਨ, ਹੈ ਨਾ। ਲਓ ਜੀ, ਦੇ ਕੇ 10 ML ਪਾਣੀ, ਇੱਕ ਅੱਧਾ ਮਿੰਟ ਬੈਠਣ ਦੇ। ਇੱਧਰੋਂ ਆਪਾਂ ਆਪਣਾ ਮਿਕਸ ਫਰੂਟ ਕੱਢ ਕੇ ਦਿਖਾ ਕੇ, ਨਹੀਂ ਖੜ੍ਹ ਜਾਓ, ਬਾਅਦ 'ਚ ਕੱਢਾਂਗੇ ਹੱਥ ਧੋ ਕੇ। ਲਓ ਜੀ, ਮਾਰੀ ਉਹ ਲੱਗਦਾ ਵੀ ਖੜ੍ਹਦਾ ਖੜ੍ਹਦਾ ਖੜ੍ਹਦਾ। ਚੱਲ 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 ਛਿਆਲ ਸ਼ੇਰਾ। ਬਸ ਬਈ, ਮੇਰੇ ਹਿਸਾਬ ਨਾਲ ਤਾਂ ਇੰਨੀ ਕਬੂਤਰ ਛੱਡਣੀ ਸੀ। ਇੱਕ ਕੱਲੀ ਹਰੀ ਕਾਂਦ ਵਾਲੀ ਛੱਡ ਸਕਦੇ, ਉਹਦੇ ਅੰਦਰ ਦਾਣੇ ਆ, ਨਹੀਂ ਉਹਦੀ ਵੀ ਰੈਸਟ ਕਰਾ ਸਕਦਾ, ਕੋਈ ਵੱਡੀ ਗੱਲ ਨਹੀਂ ਹੈ। ਮੈਂ ਕਿਹਾ ਪਹਿਲਾਂ ਚਾਹ ਨਾਲ ਟੇਸਟ ਕਰਕੇ ਦੇਖੀ ਕਿਹੋ ਜਿਹੀ ਆ। ਇੱਕ ਮਿੰਟ ਯਾਰ। ਲਓ ਜੀ, ਅਤੇ ਹਰੀ ਕਾਂਤ ਵਾਲੀ ਨੂੰ ਵੀ ਦੇ ਤਾ ਬਈ 15 ML ਪਾਣੀ ਆਪਾਂ। ਅਤੇ ਇਹਦੀ ਤੀਜੀ ਵਾਰੀ ਹੈ। ਸਹੀ ਦੱਸਾਂ ਯਾਰ, ਬਾਜਰਾਂ ਦੀ ਸੈਟਿੰਗ ਨਹੀਂ ਆ ਰਹੀ ਯਾਰ, ਸਮਝ ਨਹੀਂ ਆ ਰਿਹਾ ਵੀ ਕਿੱਥੇ ਛੱਡੀਏ ਕਿਹੜੀ ਛੱਡ ਗਏ। ਇੱਕ ਪਾਸੇ ਤਾਂ ਸਹੀ ਦੱਸਾਂ ਅੰਦਰਲਾ ਮਨ ਤਾਂ ਮੇਰਾ ਆਈ ਹੈ ਵੀ ਕੱਲ੍ਹ ਦਿਨ ਬਹੁਤ ਪਰੜਾ ਲੱਗਾ ਸੀ ਮੈਨੂੰ, ਅਸੀਂ ਦਿਨ ਖੁੱਲ੍ਹ ਜਾਣਗੇ ਵੀ ਚੱਲ ਛੱਡ ਲਾਂਗੇ ਪਾਣੀ, ਹੈ ਨਾ, ਕਰ ਦਿੰਦੇ ਹਾਂ ਕਬੂਤਰਾਂ ਨੂੰ, ਫਿਰ ਕੀ ਹੁੰਦਾ। ਹੁਣ ਮੀਂਹ ਮੂੰਹ ਜਿਹਾ ਪਿਆ, ਫਿਰ ਐਂ ਜੀ ਕਰਦਾ ਯਾਰ ਵੀ ਪਤੰਦਰ ਯਾਰ ਇਹੋ ਜਿਹੇ ਕਬੂਤਰ ਗਵਾਉਣ ਲੱਗੇ, ਹੈ ਨਾ। ਪਹਿਲੀਆਂ ਪਹਿਲੀਆਂ 'ਚ ਹੀ ਐਵੇਂ ਲੰਡੂ ਬਾਜੀਆਂ ਛੱਡ ਛੱਡ ਕੇ, ਸਿੱਧੀ ਜਿਹੀ ਗੱਲ ਹੀ, ਹੈ ਨਾ, ਠੰਡੇ ਜਿਹੇ ਵਾਲਾ। ਲਓ ਜੀ, ਇਹਦਾ ਵੀ ਮਾਰੀਏ ਉਹਲਾ। ਚਾਲ ਖੰਡ, ਚਾਲ 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 ਸ਼ੇਰਨਗੇ। ਖੋਲੀਏ ਭਾਈ ਬੈਠ ਕੇ ਵੀ, ਘਰ ਦੀ ਵਿਚਾਰਿਆਂ ਦੀਆਂ ਲਾਈਟਾਂ ਲੂਟਾਂ ਬੰਦ, ਬਿੱਲ ਇੱਧਰ ਕਾਫੀ ਹੈ ਬਿਜਲੀ ਦਾ, ਮੈਨੂੰ ਸਮਝ ਨਹੀਂ ਇੰਨਾ ਬਿੱਲ ਆਇਆ ਕਿ 8-10 ਹਜ਼ਾਰ ਬਿੱਲ ਆ ਗਿਆ ਘਰ ਦੇ ਕਹਿੰਦੇ। ਚੱਲ ਕੋਈ ਗੱਲ ਨਹੀਂ ਭਾਈ, 8-10 ਹਜ਼ਾਰ ਹੋਰ ਸਹੀ। ਫਿਰ ਖੋਲਤੀ ਜੀ ਵਿੰਡੋ ਵੀ। ਮੈਂ ਲਓ ਜੀ, ਹੁਣ ਦਿਖਾਉਣਾ ਤੁਹਾਨੂੰ ਆਪਣੀ ਦੇਸੀ ਫਰਿੱਜ, ਠੀਕ ਹੈ ਕਿ ਨਹੀਂ। ਉਹ ਤਾਂ ਫਿਰ ਤੁਹਾਨੂੰ ਪਤਾ ਆਪਣੇ ਕੋਲ ਕਿਹੜੀ ਇੱਥੇ ਗੋਦਰੇਜ ਦੀ ਹੈ। ਫਿਰ ਆਪਣਾ ਮਿਕਸ ਫਰੂਟ ਭਰ ਕੇ ਇਹਦੇ ਸਿੱਟ ਲਾ ਤੌੜੇ, ਮੈਂ ਕੋਈ ਹੱਦ ਤੱਕ ਠੰਡਾ ਤਾਂ ਰਹੂਗਾ, ਪੀ ਤਾਂ ਲਾਵਾਂਗੇ ਜਦੋਂ ਲੋੜ ਪਈ। ਅਤੇ ਲੱਗਦਾ ਅੱਜ ਕੰਮ ਗਲਤ ਹੋਊਗਾ ਬਈ, ਅੱਜ ਆਪਣਾ ਇੱਕ ਅੱਧਾ ਕਬੂਤਰ ਨਿਕਲੂ ਜਿਹੜੇ ਹਿਸਾਬ 'ਤੇ ਦਿਨ ਬਣਿਆ ਹੈਗਾ। ਅਤੇ ਕਬੂਤਰ ਨੇ ਚਾਲ ਵੀ ਸੈੱਟ ਕਰ ਲਿਆ ਇੱਦਾਂ ਵੀ ਸਾਰਿਆਂ ਨੇ। ਤੁਸੀਂ ਮੰਨ ਕੇ ਚੱਲੋ ਵੀ ਜਿਹੜੇ ਨਵੇਂ ਪੁਰਾਣੇ ਕਬੂਤਰ ਆ, ਹੈ ਨਾ, ਸਾਰਿਆਂ ਦੀ ਚਾਲ ਸੈੱਟ ਆ, ਮੋਜਾ ਢਿੱਡ ਟੂਸੇ ਵਾਲੀ ਬਗਲਾਂ ਵਾਲੀ, ਹੈ ਨਾ। ਕੁਛ ਉੱਚੇ ਜ਼ਿਆਦਾ ਲੱਗੇ ਪਏ ਪਰ ਕਬੂਤਰ ਯਾਰ, ਇਹ ਮੌਸਮ ਖਰਾਬ ਹੈ। ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਗੀ, ਦੇਖਦੇ ਹਾਂ ਕੀ ਬਣਦਾ। ਅਤੇ ਗੁਲਾਬੀ ਢਿੱਡ ਟੂਸੇ ਵਾਲੀ ਬੈਗੀ ਵੀ ਕਾਲੀ ਚੀਨੀ, ਇਹ ਬੈਠ ਗਈ 9:35 ਅਤੇ 35 ਮਿੰਟਾਂ 'ਤੇ। ਓਕੇ ਬਾਬੇ। ਅਤੇ ਬਾਕੀ ਬਦਾਮ ਵਾਲੇ ਕਬੂਤਰ ਚੱਕ ਲੈਂਦੇ ਬਈ ਇੱਧਰ ਆਪਾਂ, ਇੱਧਰ ਰੱਖੀਏ ਇਹਨਾਂ ਨੂੰ ਵੀ ਬਦਾਮ ਛੇਤੀ ਛੇਤੀ। ਉਦੋਂ ਪਹਿਲਾਂ ਡਾਕਟਰ ਆ ਕੇ ਬੋਤਲ ਤੁਲਣ ਦੇ, ਆਇਆ ਪੁੱਤ ਬਲੈ ਕੀ ਓਏ ਖਾਲਾ, ਆਇਆ 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 ਆਇਆ। ਇੱਧਰ ਦਮਨਪ੍ਰੀਤ ਵੀ ਪਹੁੰਚ ਚੁੱਕਿਆ, ਕਣਕ ਕੁਣਕ ਵੱਢ ਕੇ, ਤੂੜੀ ਤਾੜੀ ਤਾਂ ਨਹੀਂ ਬਣਾਈ ਹਜੇ, ਬਣਾਉਣੀ ਹੈ। ਆਇਓ 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 ਆਇਓ, ਸਹੀ ਨੂੰ ਧਰਿਆ ਨਾ। ਲੈ ਬਣ ਗਈ ਤੂੜੀ, ਬਣ ਗਈ। ਓਕੇ, ਭੂਤ ਨੂੰ ਵੀ ਰੱਖ ਦੇ,
ਆਇਆ 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 ਲਓ ਜੀ ਇੱਥੇ ਰੱਖ ਲੈਂਦੇ ਥੱਲੇ ਜੀ ਯਾਰ। ਅਤੇ ਮੌਸਮ ਜ਼ਿਆਦਾ ਖਰਾਬ ਹੋ ਗਿਆ ਬਈ, ਮੰਨ ਕੇ ਚਲੋ ਹਵਾ ਬਾਹਲੀ ਜ਼ਿਆਦਾ ਤੇਜ਼ ਚੱਲੀ ਜਾਂਦੀ ਹੈ, ਸਾਨੂੰ ਕਬੂਤਰ ਵਿਖਾਉਣਾ, ਕਬੂਤਰ ਵੀ ਸਾਰੇ ਬਸ ਲਿੜਦੇ ਹੀ ਫਿਰਦੇ ਨਾ, ਦੇਖੋ ਹੋ ਜਾਂਦੇ ਹੋ ਜਾਂਦੇ ਹੋ ਜਾਂਦੇ ਆਹ ਸਾਰੇ ਡਿੱਗਦੇ ਡੈਂਦੀ ਫਿਰਦੇ ਹਵਾ ਜ਼ਿਆਦਾ, ਫਿਰ ਬਈ ਕੀ ਕਰਨ। ਚੱਲ ਬਈ ਚੱਲ ਬਈ ਬਾਬੇ ਹੁਣ ਨਹੀਂ ਦੱਬਦੇ, ਜਾਂਦੀ ਆ ਹਰੀ ਗੁਲਾਬੀ ਬਗਲ ਵਾਲੀ ਵੀ ਅਤੇ ਮੋਜਾ ਵੀ ਫਿਰਦਾ, ਕਹਿੰਦੇ ਵੱਟ ਜਾ ਕਰਦਾ ਥੋੜ੍ਹੀ ਭਾਣ ਥੱਲੇ ਹੀ ਵੱਜ ਗਿਆ। ਅਤੇ ਗੁਲਾਬੀ ਢਿੱਡਾ ਲਿਖਣਾ ਵੀ ਬੈਠ ਗਈ, ਤੁਹਾਨੂੰ ਪਤਾ ਉਦੋਂ ਬਾਅਦ 9:35 'ਤੇ ਬੈਠੀ ਆ, ਉਹ ਇੱਕ ਵਾਰੀ ਲਾਹੁਣ ਲੱਗਾ ਉਦੋਂ ਉੱਡ ਗਈ ਸੀ, ਹੁਣ ਟੂਰੀਅਰ ਲਾਉਣੇ ਆ ਉਹਨੂੰ। ਬਾਕੀ ਡਾਕਟਰ ਵੀ ਆਉਂਦਾ ਅਤੇ ਇੱਕ ਰੋਟੀ ਖਾ ਜਾਂਦੀ, ਬਸ ਬਾਹਲੀ ਤਾਂ ਖਾਣ ਨੂੰ ਜੀ ਨਹੀਂ ਕਰਦਾ। ਅਤੇ ਜਿਹੜੇ ਦੋ ਕਬੂਤਰਾਂ ਨੂੰ ਰਹਿ ਗਏ ਸੀਗੇ ਉਹਨਾਂ ਨੂੰ ਰੱਖੇ ਬਤਾਵਾਂ, ਪਹਿਲੇ ਨੰਬਰ 'ਤੇ ਤਾਂ ਆ ਗਿਆ ਗੁਲਾਬੀ ਟੂਸੇ ਅਤੇ ਟੋਰੀ ਵਾਲਾ ਆਇਆ ਵਾ ਖਾਲਾ, ਅਤੇ ਫਿਰ ਰਹਿ ਗਈ ਆਹ ਕਬੂਤਰੀ ਕਾਂਤ ਵਾਲੀ ਆਪਣੀ ਗੁਲਾਬੀ ਕਾਂਤ, ਆਇਆ 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 ਤੂੰ ਵੀ ਖਾਲਾ। ਅਤੇ ਪਹਿਲਾਂ ਵਾਲੇ ਸਾਰੇ ਕਬੂਤਰ ਬਈ ਆਪਾਂ ਖੁੱਡੇ ਛੱਡਾਈਏ, ਲਓ ਜੀ ਸਾਰੇ ਬਦਾਮ ਵਾਲੇ ਕਬੂਤਰ ਬਦਾਮ ਖਵਾ ਕੇ ਛੱਡਦੇ ਖੁੱਡੇ, ਠੀਕ ਹੈ ਦਵਾਈ ਉਹ ਦਵਾਈ ਦੇਖਣਾ ਦਾਣੇ ਵੀ ਪਾ ਹੀ ਦੇਵਾਣਾ ਯਾਰ ਮੈਂ, ਲਓ ਜੀ ਰੱਖੀਏ ਦਾਣੇ, ਆਇਓ 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 ਬੁੱਤ ਆਇਓ ਆਇਓ, ਪਾਣੀ ਤਾਂ ਪਿਆ ਇਹਨਾਂ ਕੋਲ, ਇੱਧਰ ਭੱਠੀਆਂ ਵਾਲੇ ਪਾਸੇ ਵੀ ਰੱਖ ਦਈਏ ਜੀ, ਆਇਓ 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 ਆਇਓ, ਲਓ ਜੀ ਇੱਧਰ ਇਹ ਵੀ ਖਾ ਲੈਣਗਾ, ਪਾਣੀ ਇਹਨਾਂ ਕੋਲ ਹੀ ਪਿਆ। ਅਤੇ ਹੋਰ ਕਬੂਤਰ ਹਜੇ ਤੱਕ ਕੋਈ ਨਹੀਂ ਆ ਗਿਆ ਬੈਠਾ ਬਈ, 11 ਵਜੇ ਵਾਲੇ ਹੋ ਗਏ, ਵਾਦ ਗਏ ਸੈੱਲ ਨਵੇਂ ਤੇਰੇ, ਲਾ ਦੇ ਚੇਪੀਆਂ ਦੇ ਕੱਠੀ ਬਾਲਟੀ ਬੂਲਟੀ ਲਾ ਦੇ ਵੱਡੀ ਲਿਆ ਕੇ ਦੇ, ਕੱਠੀ ਬਾਲਟੀ ਬੂਲਟੀ ਲਵਾ ਲਾ ਪਾਣੀ ਦੀ ਭਰਾ ਕੇ, ਲਓ ਭਾਈ ਬੰਨ ਕੇ ਬਿਠਾ ਗਿਆ ਡਾਕਟਰ ਦਾ ਹੁਣ ਲਾ ਕੇ ਬੋਤਲ, ਅਤੇ ਹੁਣ ਤਾਂ 1.5 ਘੰਟੇ ਲੱਗ ਜਾਂਦੇ ਹੁੰਦੇ, ਅੱਜ ਕਹਿੰਦਾ 4 ਟੀਕੇ ਪਾਏ ਆ ਅਤੇ 2.5-2 ਘੰਟਾ ਚੱਲ ਗੂ, ਜਮਾਂ ਸਲੋ ਕਰਤੀ ਅਤੇ ਸਖ਼ਤ ਵਾਰਨਿੰਗ ਦਿੱਤੀ ਹੈ, ਕਹਿੰਦਾ ਅੱਜ ਨਾ ਬੋਤਲ ਛੇੜੀ ਪਾਈ ਬਣੇ ਮਿਹਨਤੀ ਹੈ। ਅਤੇ ਕਬੂਤਰ ਵੀ ਅੱਜ ਉੱਡੇ ਫਿਰਦੇ ਆ ਬਾਹਰ, ਅਤੇ ਕੰਮ ਭੈੜਾ ਹੋ ਗਿਆ, ਥੋੜ੍ਹੀ ਜਿਹੀ ਤਾਂ ਵਧਾਉਣੀ ਪਊਗੀ ਬੋਤਲ ਆਪਾਂ ਨੂੰ, ਕੋਈ ਨਾ ਹੱਥ 'ਚ ਹੀ ਆਪਣੇ ਕਿੱਡੀ ਗੱਲ ਹੈ, ਹੁਣ ਘੁਮਾ ਦੂਚਿਆ ਗਰੀਬ ਜੀ ਡੱਟ ਪਏ ਪੈਣਗੇ। 11:06 'ਤੇ ਮੋਜਾ ਬੈਠ ਗਿਆ, ਮੈਨੂੰ ਬਾਹਰੋਂ ਦਾਉਣੀ ਨੇ ਖਬਰ ਦਿੱਤੀ ਅਤੇ ਮੈਂ ਤੁਹਾਨੂੰ ਦੱਸਤਾ, ਠੀਕ ਹੈ ਲਓ ਜੀ ਹਰੀ ਗੁਲਾਬੀ ਬਗਲ ਵਾਲੀ ਵੀ ਆ ਕੇ ਬੈਠ ਗਈ 11:00 ਅਤੇ 11:12 'ਤੇ ਬਹਿ ਗਈ, ਚੱਲ ਰਹੀ ਹੈ ਲਾਉਣ ਦੀ ਤਿਆਰੀ ਬਈ, ਦੋ ਕਬੂਤਰ ਆ ਕੇ ਬਹਿ ਗਏ ਸੀ ਜਿਹੜੇ ਇਹ 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 ਪਤਾ ਨਹੀਂ ਲੈਣਗੇ ਕਿ ਨਹੀਂ, ਪਤਾ ਨਹੀਂ ਪਤਾ ਨਹੀਂ ਪਤਾ ਨਹੀਂ, ਕਰਤੇ ਜੀ ਕਰਤੇ ਜੋਬਰ ਨੇ ਅੰਦਰ ਕਾਲੀ ਚੀਨੀ ਅਤੇ ਮੋਜਾ ਦੋਵੇਂ, ਲਓ ਭਾਈ ਪਿਆ ਤਾਂ ਇੱਧਰ ਮੋਜੇ ਨੂੰ ਵੀ ਪਾਣੀ, ਇੱਕ ਵਾਰ ਬਾਬੇ ਫੋਨ ਸਿੱਟੂਆਂ ਹਲਕਿਆ ਜਾਂਦੇ ਮੁਕਾਬਲਾ ਕਰਦਾ, ਲਿਆਉਂਦਾ ਮੁੰਡਾ ਕੌਲੀ ਭਰ ਕੇ, ਹਰੀ ਕਿੱਧਰ ਲੈ ਗਿਆ ਮਗਰ ਇੱਧਰ ਸਾਫ਼ ਰੱਖਦੇ 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 ਭਾਈ, ਕਹਿੰਦੇ ਆਇਆ 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 ਬੇਬੀ ਪੀਲਾ, ਚੱਲ ਭਾਈ ਆਪੇ ਪੀਲੂਗੀ ਵੀ ਹੌਲੀ ਹੌਲੀ, ਬਸ ਦੂਰ ਹੋ ਗਏ ਦੇਖ ਵੀ ਪੀਂਦੀ ਹੈ ਕਿ ਨਹੀਂ। ਗੁਲਾਬੀ ਕਾਂਤ ਅਤੇ ਹਰਾ ਘੰਟ ਹੈ ਨਾ, ਉਹ ਕਬੂਤਰੀ ਵੀ ਆ ਕੇ ਬਹਿ ਗਈ ਬਈ ਆਪਣੀ, ਲਾਈ ਜਾਂਦੀ ਆ ਚੋਬਰ ਦੇਖੋ, ਵੈਸੇ ਤਾਂ ਆ ਜਾਂਦੀ ਹੁੰਦੀ ਚੁੰਡ 'ਤੇ, ਕੋਈ ਚੱਕਰ ਵਾਲੀ ਗੱਲ ਨਹੀਂ, ਲੈ ਜੂਗੀ ਸੌਖੀ ਲੈ ਜੂਗੀ ਇਹ ਤਾਂ। ਲਓ ਭਾਈ ਬੰਦਾ ਸੱਦਿਆ ਸਪੈਸ਼ਲ ਪਾਣੀ ਪਿਓਣ ਨੂੰ, ਹਰੇ ਘੰਡ ਵਾਲੀ ਸਾਫ਼ ਪਾਣੀ ਤਾਂ ਸਹੀ ਆ, ਉਵੇਂ ਹੀ ਪਿਆਉਣਾ ਸਾਫ਼ ਆ ਜਾਵਾਂ, ਅਤੇ ਇਹਨੂੰ ਪਿਆ ਦੇ ਡੱਕ ਮੈਂ ਬਹੁਤ ਟਾਈਮ ਹੋ ਗਿਆ ਬੈਠੀ ਨੂੰ, ਕੋਈ ਚੱਕਰ ਵਾਲੀ ਗੱਲ ਨਹੀਂ, ਧਰਦੇ ਮੂਹਰੇ
ਵਿੱਚ ਧਰ ਕੇ ਅਤੇ ਹੋ ਜਾ ਭੇੜ ਕੇ ਬਸ ਪਾਸੇ ਹੋ ਜਾਏਗਾ। ਹਾਂਜੀ ਬੋਤਲ ਲੱਗ ਗਈ ਅਤੇ ਡਾਕਟਰ ਸਾਹਿਬ ਪੱਟ ਗਏ। ਡਾਕਟਰ ਸਾਹਿਬ ਹੁਣ ਜਾ ਕੇ ਆਪਣੇ ਤਾਸ਼ ਗੈਂਗ ਕੋਲ ਖੜ ਗਏ। ਇਹਨਾਂ ਦੇ ਧਰ ਡਾਕਟਰ ਹੈਗੇ ਟੀਕਾ ਮੈਂ ਤਾਂ ਕਹਿਣਾ ਇਹ ਲੈ ਇਹਦਾ ਵਿਹਲੇ ਹੈ ਡਾਕਟਰ ਜੀ ਤੁਸੀਂ ਜਾ ਵੜੋ ਅਤੇ ਬਈ ਲਾਸਟ ਬੋਤਲ ਹੀ ਸੀ ਬਈ ਇਹਨਾਂ ਕਲੀਅਰ ਹੋਇਆ ਕੰਮ। ਹਾਏ ਹੁਣ ਉੱਠ ਗਈ ਛੇਤੀ ਛੇਤੀ ਡਾਕਟਰ ਬਾਹਰ ਚ ਖੜਾ ਕਰਾਂ ਮੈਂ ਤਾਂ ਹੀ ਪਿਆਵਾਂ ਖੂਗਣਾ ਫਿਰ ਭੱਜ ਉੱਠਣ ਦੀ ਕਾਹਲੀ ਹੋ ਜਾਂਦੀ ਇਹਨੂੰ ਅਤੇ ਬੋਤਲ ਵੀ ਮੈਂ ਤੇਜ਼ ਕਰਕੇ ਲਾਤੀ ਸੀਗੀ ਇੱਕ ਨਵਾਂ ਗੋਲੀਆਂ ਦੇ ਗਿਆ ਕਹਿੰਦਾ ਠੰਡਕਾ ਹੁੰਦਾ ਗਿਆ। ਇੱਕ ਵੱਜ ਗਿਆ ਮੇਰੇ ਵੀਰੋ ਅਤੇ ਕਬੂਤਰ ਚਾਰ ਰਹਿ ਗਏ ਉੱਡਦੇ ਦੋ ਪਾਣੀ ਵਾਲੇ ਅਤੇ ਦੋ ਸੁੱਕੇ ਆ ਬਈ ਹੈ ਨਾ। ਹਾਂਜੀ ਕਿਵੇਂ ਆ ਜਾਂਦਾ ਲਾ ਲੈਂਦਾ ਮੇਰਾ ਕੀ ਬੱਚਾ ਡਿੱਗਦਾ ਹੈਗਾ ਅਤੇ ਇੱਕ ਮਿੰਟ ਰੁਕੋ ਉਸਨੂੰ ਨਿਗਾਹ ਮਰਾ ਦਿਆਂ ਚਾ ਲਓ ਜੀ ਇੱਕ ਤਾਂ ਉੱਤਰੀ ਆਉਂਦੀ ਹੈ ਕਬੂਤਰੀ ਮੈਂ ਮਰਾ ਦਿਆਂ ਨਿਗਾਹ ਥੋੜ੍ਹੀ ਵੇਖੋ ਵੇਖੋ ਪੱਲੇ ਛੱਡ ਕੇ ਖੜੀ ਵੇਖੋ ਕਿਆ ਬਾਤਾਂ ਨੇ ਕਿਆ ਬਾਤਾਂ ਨੇ ਕਿਆ ਬਾਤਾਂ ਨੇ ਜਿਹੜੀ ਆਹ ਲੈਂਡਿੰਗ ਹੋ ਗਈ ਨਾ ਇੱਕ ਹੋਰ ਆ ਗਈ ਵਿੱਚ ਵੀ ਪਤਾ ਨਹੀਂ ਕਿਹੜੀ ਉਹ ਇੱਕ ਖੜ੍ਹ ਜਾ ਇੱਕ ਮਿੰਟ ਉਹ ਟੂਸੇ ਡੰਡੇ ਲਈ ਕਿਹੜੀ ਇੱਕ ਮਿੰਟ ਨਿਗਾਹ ਮਰਾ ਦਿਆਂ ਮੈਂ ਤੁਹਾਡੀ ਇੱਕ ਆਉਂਦੀ ਟੂਸਾ ਡੰਡਾ ਇੱਕ ਹੋ ਤਾਹਾਂ ਜਾਂਦਾ ਸਿਰੇ 'ਤੇ ਉਹ ਜਾਂਦਾ ਉਹ ਪਤਾ ਨਹੀਂ ਕਿਹੜਾ ਹੈ ਉਹ ਕਾਂ ਤਾਲੀ ਹੋਊਗੀ। ਚਲੋ ਕੇਰਾਂ ਤਾਂ ਸੱਟ ਹੈ ਮੇਰੇ ਹਿਸਾਬ ਨਾਲ ਤਾਂ ਨਾ ਫਿਰਦੇ ਹੈ ਅਤੇ ਬਾਕੀ ਕੱਲ੍ਹ ਤਾਂ ਅੱਜ ਦੇ ਕਬੂਤਰ ਬਹੁਤ ਭੱਜੀ ਜਾਂਦੇ ਵੀ ਲੋਕਾਂ ਦੀਆਂ ਬੜੀਆਂ ਰਿਕਾਰਡਿੰਗਾਂ ਆ ਰਹੀਆਂ ਗਰੁੱਪਾਂ 'ਚ ਹੈ ਨਾ ਮੁੰਡੇ ਆਹ ਕੀ ਕਰੀ ਪਏ ਉਹਨੂੰ ਸੈੱਟ ਵੈੱਟ ਕਰਨਾ ਮਾੜਾ ਮੋਟਾ। ਲਓ ਜੀ ਅਤੇ ਹਰੇ ਟੂਸੇ ਵਾਲਾ ਵੀ ਆ ਕੇ ਬੈਠ ਗਿਆ 1:07 ਦੇ ਸ਼ਾਇਦ। ਚੱਲ ਮੁੰਡਿਆ ਕੀ ਚੱਲ ਮੋੜ ਦੇ ਤੂੰ ਮੈਨੂੰ ਹੈ ਮੋੜ ਦੇ ਮੋੜ ਐਂ ਪਤਾ ਸਹੀ ਸਿੱਟ ਲਗਾ ਨਹੀਂ ਦਿੰਦਾ ਬੈਠਾ ਨਾ ਹਰੇ ਟੂਸੇ ਵਾਲਾ ਉਹ ਇੰਨੇ ਕਬੂਤਰ ਜੇ ਕਿਹਦੇ ਹੋ ਗਏ ਓਏ ਓਏ ਕਾਹ ਕੀ ਦਾ ਆਉਂਦਾ ਓਏ ਆਹ ਹੋਰ ਹੀ ਦੇਖੀ ਰੰਗ ਹੀ ਨਵਾਂ ਆਹ ਚੱਲ ਰਾਂ ਟੂਸੇ ਹੈ ਤੂੰ ਰੰਗ ਲਵਾ ਗਿਆ ਉਹਦੇ ਆਹ ਥੋੜੇ ਇਹ ਉਹਦਾ ਠੀਕ ਆ ਬਈ ਤਿੰਨ ਕਬੂਤਰ ਹੈਗੇ ਹਰੇ ਟੂਸੇ ਲਗਾ ਗਏ ਚੱਲ ਲਾਈ ਫਿਰ ਹਰੇ ਟੂਸੇ ਨੂੰ ਲਾ ਕੇ ਲੈ ਗਏ। ਲਓ ਜੀ ਮੋਜਾ ਵੀ ਛੱਡ ਦੀ ਡਗਾ ਕੇ ਦਾਣਿਆਂ ਦੇ ਅੰਦਰ ਰੱਖ ਦੀ ਇੱਧਰ ਹਰੇ ਘੰਟਾ ਇਹਨੂੰ ਵੀ ਬਦਾਂ ਆਇਆ 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 ਬੇਟਾ ਖਾਲਾ ਅਤੇ ਵਾਟਰ ਵੀ ਰੱਖ ਦੇ ਉਹਨੂੰ ਹੈ ਨਾ ਨਾਲ ਦੀ ਨਾਲ ਆ ਜਾ ਆ ਜਾ ਆ ਜਾ ਬੇਬੀ ਆ ਜਾ। ਹਰਾ ਡੰਡਾ ਅਤੇ ਗੁਲਾਬੀ ਟੂਸੇ ਵਾਲੀ ਵੀ ਬਿਠਾ ਲਈ ਮੁੰਡੇ ਨੇ 2:53 'ਤੇ ਮੇਰੇ ਹਿਸਾਬ ਨਾਲ ਤਾਂ ਠੀਕ ਆ ਬਸ ਦੋ ਰਹਿ ਗਈਆਂ ਲਾਈਏ 153 ਆ ਗੁਲਾਬੀ ਟੂ ਸੀਟਰ ਵਾਲੀ ਵੀ ਆਉਂਦੀ ਹੈ ਵਿਚਾਰੀ ਲਿਫਦੀ ਜੀ ਇੱਧਰ ਹਰੇ ਟੂਸੇ ਵਾਲ ਨੂੰ ਵੀ ਡਾਕਾਂ ਪਾ ਕੇ ਰੱਖ ਦਈਏ ਬਸ ਕਰੀਏ ਕਰੇ ਇਹਨਾਂ ਬਸ ਕਰੀਏ ਬਸ ਕਰੀਏ ਬਹੁਤ ਪੀ ਰਿਹਾ ਸ਼ੇਰ ਨੇ। ਲਓ ਜੀ ਟੂਸੇ ਡੰਡੇ ਵਾਲ ਨੂੰ ਵੀ ਰਾਜਮਾਂਹ ਪਾਣੀ ਪਿਆ ਦਈਏ ਆਇਆ 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 ਪੀ ਲਾ ਚੱਲ ਮੁੰਡਾ ਪਿੱਛੇ ਮਾੜਾ ਜਿਹਾ ਫਿਰ ਪੀਊਗੀ ਸੰਗ ਬਣਦੀ ਹੈ। ਚਾਹ ਅਤੇ ਚੌਲ ਇੱਧਰ ਹੀ ਲਿਆਂਦੇ ਮੈਨੂੰ ਕਬੂਤਰੀਆਂ ਫਿਰਦੀਆਂ ਨਾ ਕਬੂਤਰੀਆਂ 'ਤੇ ਨਿਗਾਹ ਰੱਖ ਲਾਂਗੇ ਬਾਕੀ ਮੇਨ ਗੁਲਾਬੀ ਟੂਸੇ ਟੋਰੀ ਵਾਲੀ ਦੇ ਯਾਰ ਹਰੀ ਕਾਂ ਤਾਂ ਇਹਨੇ ਛਤਰੀ 'ਤੇ ਬੈਠ ਹੀ ਜਾਣਾ ਹੁੰਦਾ ਬੈਠ ਗਈ ਹੋਈ ਅੱਜ ਤਾਂ ਸ਼ੇਰਨੀ ਬਹਿ ਗਈ ਛਤਰੀ 'ਤੇ ਗੁਲਾਬੀ ਟੂਸੇ ਟੋਰੀ ਵਾਲੀ ਇੱਕ ਮਿੰਟ ਦਾ ਟਾਈਮ ਦੱਸ ਦਿਆਂ ਮੈਂ 2:48 'ਤੇ ਬਹਿ ਗਈ ਜੀ 2:48 'ਤੇ। ਲਓ ਜੀ ਅਤੇ ਮੈਂ ਕਿਹਾ ਹਰੀ ਕਾਂ ਤਾਂ ਇਹਨੂੰ ਵੀ ਬਿਠਾ ਹੀ ਲੱਗੇ ਬਈ ਹੈ ਨਾ ਯਾਰ ਮੁੜ ਕੇ ਵਾਰੀ ਬਿੰਦੇ ਐਵੇਂ ਕਿੱਧਰ ਹਨੇਰੀ ਚੱਲੀ ਜਾਂਦੀ ਹੈ ਬਾਹਲੀ ਹੋਰ ਤਾਂ ਕੋਈ ਚੱਕਰ ਨਹੀਂ ਐਵੇਂ ਜ਼ੋਰ ਲਵਾਏ ਦਾ ਕੀ ਫਾਇਦਾ ਕਬੂਤਰੀ ਦਾ ਹੈ ਨਾ ਆਇਆ 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 ਹੁਣ ਦੇਖੋ ਮਾੜਾ ਬੋਲ ਵੱਜੇ ਤੋਂ ਕੀ ਹਾਲ ਹੁੰਦਾ ਇਹਦਾ ਆਇਆ 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 ਮੰਨਦੇ ਹੋ ਇੱਕ ਮਿੰਟ ਕਿਹਨੂੰ ਲਾਇਆ ਪਹਿਲਾਂ ਗੁਲਾਬੀ ਟੂਸੇ ਟੋਰੀਅਲ ਤਾਂ ਸਿੱਧੀ ਗਈ ਲਾਉਣ ਦੀ ਲੋੜ ਹੀ ਨਹੀਂ ਪਈ ਹਜੇ ਛਤਰੀ ਇੰਨੀ ਨੀਵੀਂ ਕੀਤੀ ਸੀਗੀ ਆਪਾਂ ਹੈ ਪਹਿਲਾਂ ਇੱਥੇ ਰੱਖ ਦੇਣਾ ਫਿਰ ਥੱਲੋਂ ਚੱਕ ਦੇਣਾ ਹੈ ਨਾ ਸਿੱਧੀ ਗਈ ਖੁੱਡਿਆਂ ਨੂੰ। ਲਓ ਜੀ ਪਿਆਈ ਇਹਨੂੰ ਮਾੜਾ ਜਿਹਾ ਪਾਣੀ ਆਇਆ 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 ਪੁੱਤ ਆਇਆ ਆਇਆ ਬਸ ਫਿਰ ਇੰਨਾ ਕੁ ਪਿਆਵਾਂਗੇ ਉਦੋਂ ਬਾਅਦ ਡਾਕਵਾਂ ਪੈ ਜਾਵਾਂਗੇ। ਲਓ ਜੀ ਅਤੇ ਹੁਣ ਇਹਨੂੰ ਡਾਕਵਾਂ ਪਾਣੀ ਪੀ ਲੈਂਦੇ ਆਪਾਂ
ਆਇਆ 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 ਪੁੱਤ ਬਹੁਤ ਹੈ ਬਸ ਕਰ ਜਾ ਕਬੂਤਰੀ ਬਿਠਾਈ ਯਾਰ ਬਾ ਪਿਓ ਹਨੇਰੀ ਬਾਲੀ ਚੱਲ ਪਈ ਆਇਆ 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 ਟਾਈਮ ਵੀ ਹੋ ਗਿਆ ਵੀ ਲਗਭਗ 4 ਵੱਜ ਗਏ ਹਨਾ ਹੁਣ ਉਹਨਾਂ ਟਾਈਮ ਬੋਲ ਮਾਰਨ ਨਹੀਂ ਹਟਦਾ ਜਿੰਨਾ ਟਾਈਮ ਬਹਿੰਦੀ ਨਹੀਂ ਆ ਕੇ ਆਇਆ 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 ਪੁੱਤ ਆਇਆ 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 ਉਹ ਕਿਵੇਂ ਹਵਾ ਤੱਕੀ ਫਿਰਦੀ ਹੈ ਭੈਣ ਦੀ ਆਇਆ 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 ਇੱਕ ਵਾਰ ਚੱਕ ਕੇ ਲਓ ਜੀ ਬਿਠਾ ਲਈ ਕਬੂਤਰੀ ਸਹੀ 4 ਵਜੇ ਹਨਾ ਉਹ ਬਾਹਲੀ ਯਾਰ ਹਵਾ ਧੱਕੀ ਫਿਰਦੀ ਹੈ ਮੈਂ ਕੀ ਫਾਇਦਾ ਵਿਚਾਰੀ ਦਾ ਜ਼ੋਰ ਲਵਾਏ ਦਾ ਅੱਖਦੀ ਇੱਧਰ ਦੋਵੇਂ ਕਬੂਤਰਾਂ ਇੱਕ ਕਬੂਤਰੀ ਨੂੰ ਅਤੇ ਦੂਜੇ ਕਬੂਤਰ ਨੂੰ ਜੀ ਪਹਿਲਾਂ ਟੂਸੇ ਡੰਡੇ ਵਾਲੀ ਆਇਆ 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 ਪੁੱਤ ਅਤੇ ਹੁਣ ਆ ਗਿਆ ਹਰੇ ਟੂਸੇ ਵਾਲਾ ਆਇਆ 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 ਬੇਟਾ ਖਾ ਲਾ ਤੂੰ ਦੀ ਅਤੇ ਕੋਲ ਹੀ ਪਾਣੀ ਪਹਿਲਾਂ ਤਾਂ ਇੱਕ ਮਿੰਟ ਪਾਣੀ ਥੋੜ੍ਹਾ ਜਿਹਾ ਇੱਥੇ ਕਰ ਦੇਵੇ ਅਤੇ ਓਕੇ ਹੋ ਗਈ ਰਿਪੋਰਟ ਜੀ ਅਤੇ ਹੁਣ ਕੱਟ ਦੇ ਆਪਾਂ ਟੂਸੇ ਟੋਲੇ ਲਈ ਵਾਸਤੇ ਬਦਾਮ ਤੈਨੂੰ ਹਜੇ ਪਾਣੀ ਪਿਆਉਣਾ ਹੈ ਨਾ ਖੰਡ ਪਾਣੀ ਪੀਣਾ ਤੂੰ ਉਰੇ ਆ ਫਿਰ ਪਾਣੀ ਪੀਣਾ ਆਇਆ ਆਇਆ ਉਰੇ ਆ ਥੋੜ੍ਹਾ ਪਾਣੀ ਪਿਆ ਦੀ ਉਹਨੂੰ ਆਇਆ ਆਇਆ ਬਸ ਵਾਹ ਵਾਹ ਬਹੁਤ ਇੰਨਾ ਤਾਂ ਲਓ ਜੀ ਅਤੇ ਨਾਲ ਦੀ ਨਾਲ ਇਹਨਾਂ ਨੂੰ ਆਪਾਂ ਦਾਣੇ ਵੀ ਰੱਖ ਦਈਏ ਬਈ ਦੋਵਾਂ ਕਬੂਤਰਾਂ ਨੂੰ ਆਇਆ 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 ਖੰਡ ਖਾ ਲਾ ਇੱਧਰ ਤੂੰ ਵੀ ਖਾ ਲਾ ਓਏ ਇਹਦਾ ਬੜਾ ਹੰਕਾਰ ਹੈ ਵੇਖੋ ਲੈ ਨਾਲੇ ਭਾਓ ਦਾਣੇ ਅਤੇ ਨਾਲੇ ਖਾਉਠੂੰਗਾ ਇਹਨਾਂ ਤੋਂ ਇਹ ਕਿਹੜੀ ਕਿਤਾਬ 'ਚ ਲਿਖਿਆ ਬਈ ਲੈ ਭਾਈ ਪੀ ਲਾ ਡੱਕਵਾਂ ਪਾਣੀ ਓਕੇ ਵੀ ਰਿਪੋਰਟ ਕਰਿਆਨਾ ਬਹੁਤ ਹੈ ਬਾਕੀ ਬਾਅਦ 'ਚ ਪੀ ਲਈ ਲਓ ਜੀ ਅਤੇ ਇੱਧਰ ਗੁਲਾਬੀ ਟੂ ਸੀਟਰ ਵਾਲੀ ਕਬੂਤਰੀ ਨੂੰ ਰੱਖ ਦਿਓ ਬਦਾਮ ਬਈ ਇੱਕ ਮਿੰਟ ਆਇਆ 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 ਪੁੱਤ ਤੈਨੂੰ ਹਰੀ ਕਾਂਤਲ ਨੂੰ ਹੋਰ ਪਾਣੀ ਪਿਆ ਦੀ ਅਤੇ ਇੱਧਰ ਟੂਸੇ ਡੰਡਿਆਂ ਨੂੰ ਵੀ ਛੱਡ ਦੇ ਵੀ ਖੁੱਡੇ 'ਚ ਹੋ ਗਿਆ ਇਹਦਾ ਬਦਾਮ ਦਾਣੇ ਪਾਣੀ ਲਓ ਜੀ ਅਤੇ ਹਰੇ ਟੂਸੇ ਨੂੰ ਵੀ ਛੱਡ ਦੇ ਵੀ ਖੁੱਡੇ 'ਚ ਇਹਦਾ ਵੀ ਕੰਮ ਕਲੀਅਰ ਹੈ ਹੁਣ ਲਓ ਭਾਈ ਚਿੱਟੀ ਕਾਲੀ ਵਾਲਾ ਵੀ ਫਿਰ ਮੋੜ ਦੇਵੇ ਇਹ ਜਿੰਨੀ ਵਾਰੀ ਮੋੜਦੇ ਆ ਅਤੇ ਉਨੇ ਵਾਰੀ ਵਾਪਸ ਆ ਜਾਂਦਾ ਇਹ ਲੈ ਮੁੰਡਿਆ ਲੈ ਜਾ ਇਹਨੂੰ ਘਰੇ ਲੈ ਕੇ ਜਾਵੇਗਾ ਉਧਰ ਘਰੇ ਛੱਡਿਆਵੇਗਾ ਠੀਕ ਹੈ ਕਿੰਨੇ ਕਬੂਤਰ ਫਿਰ ਇਹਦੇ ਨਾਲ ਦੇ ਸੱਚ ਕਿ ਸ਼ਾਹ ਕੀ ਹੈਗੀ ਸ਼ਾਹ ਕੀ ਦਿੱਤੀ ਸੀ ਮੈਂ ਥੱਲ ਵਾਲੀ ਬੈਠੀ ਹੋਊਗੀ ਠੀਕ ਹੈ ਛੱਡਣਾ ਨਹੀਂ ਮੁੜ ਕੇ ਫਿਰ ਔਖਾ ਹੋਜੂਗਾ ਗੁਲਾਬੀ ਟੂਸਾ ਟੋਰੀਅਲ ਨੂੰ ਵੀ ਛੱਡ ਦੇ ਜੀ ਖੁੱਡੇ ਜੀ ਠੀਕ ਹੈ ਮੈਂ ਜਿੰਨੇ ਕੁ ਦਾਣੇ ਦੂਣੇ ਖਾਧੇ ਬਦਾਮ ਖਾਧੇ ਓਕੇ ਰਿਪੋਰਟਾਂ ਲਓ ਜੀ ਅਤੇ ਇੱਧਰ ਵੱਡੀਆਂ ਕਬੂਤਰਾਂ ਨੂੰ ਰੱਖ ਦੀਏ ਦਾਣੇ ਆਇਓ ਖੰਡੋ ਆਇਓ 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 ਪਾਣੀ ਵੀ ਚੱਕ ਹੀ ਦੇਵਾਂਗੇ ਦੂਰੇ ਨਵਾਂ ਹੀ ਪਾਵਾਂਗੇ ਲਾਈਟ ਵੀ ਆ ਗਈ ਅਤੇ ਧਰਦੀ ਆਪਣੀ ਹਰੀ ਕਾਂਤਲ ਨੂੰ ਬਦਾਮ ਆਇਆ ਪੁੱਤ ਆਇਆ 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 ਆ ਜਾ ਮੇਰੀ ਮਿੱਠੀ ਖਾਲਾ 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 ਛੇਤੀ ਖਾਲਾ ਹਰੀ ਕਾਂਤਲ ਵੀ ਛੱਡ ਦੇ ਖੁੱਡੇ 'ਚ ਇੱਕ ਤਾਂ ਇਹ ਬਾਹਲੀ ਅੱਛ ਵੀ ਕਰ ਦੇਗਾ ਨਾ ਉਦੋਂ ਅਰਖ ਚੜ੍ਹਦਾ ਜਦੋਂ ਇਹਨਾਂ 'ਤੇ ਹੁਣ ਖੁੱਡੇ ਹੀ ਛੱਡਣੀ ਸੀ ਮੈਂ ਲਓ ਜੀ ਇੱਧਰ ਕਬੂਤਰੀਆਂ ਨੂੰ ਵੀ ਰੱਖ ਦਈਏ ਵਾਟਰ ਮਿਨਰਲ ਵਾਟਰ ਠੰਡਾ ਠੰਡਾ ਕੂਲ ਕੂਲ ਆਇਆ ਪੁੱਤ ਪੀ ਲਓ ਆਇਓ 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 ਲਓ ਜੀ ਇੱਧਰ ਵੱਡੇ ਕਬੂਤਰਾਂ ਨੂੰ ਵੀ ਰੱਖ ਦਈਏ ਪਾਣੀ ਹੁਣ ਕੋਈ ਬਾਹਰ ਟੱਪ ਚ ਗਿਆ ਸਿਰ ਉਹਦੀ ਨਵੇਂ ਜੀ ਲੀੜੇ ਦੇਖ ਕੇ ਇੱਕ ਮਿੰਟ ਆਇਓ ਪੁੱਤ ਪੀ ਲਓ ਆਇਓ 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 ਦੇਖੋ ਦੇ ਭੱਜ ਗਏ ਲਓ ਭਾਈ ਆਪਾਂ ਨਹਾ ਧੋ ਕੇ ਆ ਗਏ ਹਾਂ ਫਰੈਸ਼ ਹੋ ਕੇ ਠੀਕ ਹੈ ਸਦਕੇ ਲਾਈਟਾਂ ਲੂਟਾਂ ਕਰਾਂ ਅਤੇ ਮੁੰਡਾ ਵੀ ਅੰਦਰ ਬੈਠਾ ਵਿਚਾਰਾ ਉਪਰਾ ਜਿਹਾ ਹੋਇਆ ਲਓ ਜੀ ਅਤੇ ਇੱਧਰ ਪਾ ਦਾ ਪਾਣੀ ਬਈ ਪੱਠੇ ਪੱਠਿਆਂ ਨੂੰ ਵੀ ਇਹਨੂੰ ਅੰਦਰ ਹੀ ਰੱਖ ਦੇ ਆਪਣੀ ਨੂੰ ਆਈ ਹੈ ਫਿਰ ਅਤੇ ਸੱਚ ਮੁੰਡੇ ਨੇ ਵੀ ਕਬੂਤਰੀ ਉਹਦੇ ਆਖਣ ਨੂੰ ਡਾਤੀ ਮਤਲਬ ਉੱਡ ਗਈ ਇਹ ਤੋਂ ਜਿਹੜੀ ਇਹਨੂੰ ਜੋੜੀ ਨਹੀਂ ਦਿੱਤੀ ਸੀ ਹੈ ਨਾ ਖੱਟੀਆਂ ਦੀ ਕਾਲੀ ਜਿੰਨੀ ਕਬੂਤਰੀ ਸੀਗੀ
ਇੱਕ ਸ਼ਾਹ ਕਾ ਕਬੂਤਰ ਸੀਗਾ ਇਹ ਤੂੰ ਅੱਜ ਇਹ ਤੂੰ ਅੱਜ ਨਿਕਲ ਗਈ ਤੇ ਮੈਂ ਕੋਈ ਨਾ ਟੈਨਸ਼ਨ ਨਾ ਲੈ ਕਬੂਤਰੀ ਕਿੱਡੀ ਗੱਲ ਮੁੜਿਆ ਹੋਊਗੀ ਹੈ ਨਾ ਇੱਧਰ ਲੱਗੀ ਨਹੀਂ ਸੀ ਆਪਣੇ ਪਿੰਡ ਪੁੰਡ 'ਚੋਂ ਫੜ ਲਿਆਵਾਂਗੇ ਯਾਰ ਜੇ ਨਾ ਪਿੰਡ 'ਚ ਉੱਥੇ ਆਈ ਆਪਾਂ ਨੂੰ ਤਾਂ ਉਹਦੇ ਆਖਣ ਨੂੰ ਆਪਾਂ ਭਾਲ ਲਿਆਵਾਂਗੇ ਕਿਸੇ ਪਾਸੋਂ ਕਿੱਡੀ ਗੱਲ ਹੈ ਬਾਕੀ ਉਹਨੂੰ ਸਫਾਰੀ ਦੇ ਦੇ ਆਪਣੇ ਨੂੰ ਡੋਵੀ ਡੋਨ ਨੂੰ ਉਹ ਆਪੇ ਭਾਲ ਲਿਆਊਗਾ ਲਓ ਜੀ ਲਿਆਂਦੀ ਚੋਬਰ ਨੇ ਨਵੀਂ ਫੜ ਲਿਆਂਦੀ ਕਹਿੰਦਾ ਕਿੱਡੀ ਗੱਲ ਹੈ ਕਿਹੜਾ ਫੈਕਟਰੀ 'ਚੋਂ ਘਾਟਾ ਪੈਂਦਾ ਇੱਕ ਗਈ ਤੇ ਇੱਕ ਹੋਰ ਕੱਢ ਲਈ ਮੁੰਡੇ ਨੇ ਕਹਿੰਦਾ ਲੈਟ ਵਜਾ ਕੇ ਅੰਡਾ ਦੇ ਬੱਟੀਆਂ ਫੜ ਕੇ ਲਿਆਉਣਾ ਗੱਲੇ ਕੋਈ ਨਾ ਚੱਲ ਹੁਣ ਇਹ ਲੈ ਕੇ ਜਾਂਦਾ ਫਿਰ ਕੋਈ ਗੱਲ ਨੀ ਬਾਬੇ ਚੱਲਦਾ ਹੀ ਰਹਿੰਦਾ ਜਾਨਵਰਾਂ ਦਾ ਕੀ ਹੈਗਾ ਹੁੰਡਾ ਦਾ ਗੁੱਲਾ ਬਾਕੀ ਮੱਸਰਾਂ ਨੇ ਨਜ਼ਾਰਾ ਲਿਆ ਰੱਖਿਆ ਯਾਰ ਆ ਯਾਰ ਕੀ ਸਾਬਤ ਕਰਨਾ ਚਾਹੁੰਦਾ ਆਪਣੇ ਚ ਰਲ ਕੇ ਥਾਂ ਕੀ ਇਹ ਇਹ ਦੂਜੀ ਟੀਮ ਮੇਟ ਹੀ ਬਣਿਆ ਫਿਰਦਾ ਪੂਰਾ ਵਿੱਚ ਹਾਂ ਵੀ ਮੇਨ ਆਪਦੇ ਆਪ ਨੂੰ ਮੇਨ ਮੰਨਦਾ ਇਹ ਵਿੱਚ ਮੈਂ ਇਹਨਾਂ ਦੇ ਹਾਂ ਦੇਖ ਲੈ ਇਹਨੂੰ ਮੜਿਆ ਓਏ ਓਏ ਹਾਂ ਕੀ ਸਲਾਹ ਫਿਰ ਤੇਰੀ ਇਹ ਪੂਰਾ ਉਹ ਕਰਦਾ ਵਿੱਚ ਸੀਗਾ ਜਿਹਾ ਪੂਰਾ ਹੁੰਦਾ ਲਓ ਭਾਈ ਬਾਰਿਸ਼ ਫਿਰ ਸਟਾਰਟ ਹੋ ਗਈ ਲਓ ਦੇਖੋ ਨਜ਼ਾਰੇ ਲਓ ਨਜ਼ਾਰੇ ਬਾਰਿਸ਼ ਦੇ ਬਾਬੇ ਲਓ ਨਜ਼ਾਰੇ ਬਾਰਿਸ਼ ਦੇ ਇੱਕ ਮਿੰਟ ਕਹਿੰਦਾ ਫੋਕਸ ਨਹੀਂ ਕਰਦਾ ਜਿੱਦਾਂ ਐਂ ਕਰਦਾ ਚਲਾ ਕੇ ਮਰਿਆ ਕਿਸੇ ਨਾ ਕਿਸੇ ਪਾਸੇ ਫਿਰ ਉੱਧਰਲੇ ਘਰੇ ਚੱਲਦੇ ਹੈ ਨਾ ਖੇਸ ਲਿਆ ਚੱਕ ਆਪਣਾ ਡੋਗੀ ਕਿੱਧਰ ਆ ਗਿਆ ਯਾਰ ਉਹ ਤੇਰੀ ਭੈਣ ਨੂੰ ਕਿੱਧਰ ਆ ਗਿਆ ਮਗਰੋਂ ਏ ਨਾ ਨਾ ਪਾਣੀ ਇਹਦੇ ਤਾਂ ਠੰਡੀਆਂ ਠਾਰ ਹਵਾਵਾਂ ਚੱਲਦੀ ਹੈ ਆਉਂਦਾ ਬੜਾ ਨਜ਼ਾਰਾ ਦੇਖੋ ਬਾਬੇ ਕਿਆ ਬਾਤਾਂ ਨੇ ਮੌਸਮ ਆ ਲੈ ਰੋਟੀ ਚੱਕ ਲਾ ਖਾਲਾ ਇੱਧਰ ਜੇ ਨਾ ਹੋ ਮੇਰੇ ਕਨੀ ਪੈਂਹਠ ਹੀ ਲੋ ਮੈਨੂੰ ਤਾਂ ਲੱਗਦਾ ਇੱਥੇ ਦੇਖ ਸ਼ਰਾਟੇ ਪਏ ਆਉਂਦੇ ਯਾਰ ਮੀਂਹ ਦੇ ਤਾਂ ਕਿਆ ਬਾਤਾਂ ਨੇ ਇੱਕ ਫੋਕਸ ਨਹੀਂ ਨਾ ਕਰਦਾ ਉਹ ਤਾਂ ਐਂ ਜੀ ਕਰਦਾ ਭੈਣ 'ਚ ਉਹਨੂੰ ਵੇਚ ਵੱਟ ਕੇ ਖਾ ਜਾਈਏ ਉਹਨੂੰ ਖੜ 'ਚ ਦੇਖੋ ਲੈ ਚਲੋ ਕੋਈ ਗੱਲ ਨਹੀਂ ਮੌਸਮ ਹੈ ਸੁਹਾਨਾ ਹੈ ਨਾ ਵਧੀਆ ਚੱਲ ਕਿਸੇ ਦਾ ਤਾਂ ਫਾਇਦਾ ਹੋਇਆ ਚਲੋ ਠੀਕ ਆ ਵੀ ਬਸ ਵਲੋਗ ਦੀ ਵੀ ਫਿਰ ਲੈ ਪੈ ਲੈ ਬਸ ਐਂ ਫੁੱਲ ਲੈ ਪੈ ਜਾਵਾਂ ਦੇਖੋ ਵੀ ਚਲੋ ਕੋਈ ਚੱਕਰ ਨਹੀਂ ਕਬੂਤਰਾਂ ਦਾ ਨਾ ਫਾਇਦਾ ਹੋਊ ਆਪਣਾ ਤਾਂ ਫਾਇਦਾ ਹੋਊ ਇੰਨੀ ਗਰਮ ਦਵਾਈ ਲੱਗੀ ਜਾਂਦੀ ਆ ਰੱਬ ਸੁਣਦਾ ਯਾਰ ਠੰਡ ਕਰ ਲੈਂਦਾ ਨਾਲ ਦੀ ਨਾਲ ਹੀ ਬਾਕੀ ਅੱਜ ਫਿਰ ਭਿਉਂਤੀ ਅਜਵਾਇਣ ਜੂਣ ਹੈ ਨਾ ਮੈਨੂੰ ਤਾਂ ਲੱਗਦਾ ਜੇ ਐਂ ਹੀ ਰਿਹਾ ਤਾਂ ਬਸ ਜਵਾਇਣ ਲੱਗ ਗਏ ਆਪਾਂ ਜਿਹੜੇ ਉੱਡੀ ਜਾਂਦੇ ਕਬੂਤਰ ਹੈ ਨਾ ਚੱਲ ਪਏ ਉਹ ਬੰਦ ਹੀ ਕਰ ਲੈਂਗੇ ਅਤੇ ਨਵੇਂ ਨੂੰ ਵਿੱਚ ਲਾ ਲਾਂਗੇ ਬਦਾਮ ਭਿਉਂਤੇ ਜਵਾਇਣ ਭਿਉਂਤੀ ਸਾਰਾ ਕੋਈ ਰੈਡੀ ਆ ਭੈਣ ਨੂੰ ਕੀ ਅੜ ਗਈ ਭੈਣ 'ਚ ਚਲੋ ਕੋਈ ਗੱਲ ਨਹੀਂ ਅਤੇ ਬਸ ਠੀਕ ਆ ਸੁਣਦੇ ਹਾਂ ਬਈ ਕੱਲ੍ਹ ਨੂੰ ਦੇਖਦੇ ਕੀ ਬਣਦਾ ਹੈ ਨਾ ਅੱਛਾ ਹਾਂ ਇੱਕ ਨਾ ਬਾਈ ਗੋਰੇ ਦੇ ਕਬੂਤਰ ਭੱਜ ਗਏ ਸੀ ਘਰੋਂ ਯਾਰ ਆਹਾ ਹੋਊਗੀ ਇਹ ਆਹ ਵੀਡੀਓ 2 ਦਿਨ 1-2 ਦਿਨ ਲੇਟ ਆਊਗੀ ਇਹ ਬਾਈ ਗੋਰੇ ਦੇ ਕਬੂਤਰ ਭੱਜੇ ਸੀ ਘਰੋਂ ਅੱਜ 19-18 ਤਰੀਕ ਨੂੰ ਘਰੋਂ ਭੱਜੇ ਸੀਗੇ ਰੰਗ ਦੱਸ ਦਿੰਦਾ ਹੈ ਨਾ ਕੋਈ ਗੁਰੂ ਸਰ ਪਿੰਡ ਦੇ ਆਸੇ ਪਾਸੇ ਜਾਂ ਕਿਸੇ ਵੀ ਪਾਸੇ ਦਿਸਣ ਕਬੂਤਰ ਤਾਂ ਮੈਨੂੰ ਜ਼ਰੂਰ ਦੱਸਿਓ ਇੱਕ ਕਬੂਤਰ ਦਾ ਸੀਗਾ ਫਿੱਕੀਆਂ ਤੋਤੇ ਰੰਗਾਂ ਬਗਲਾਂ ਅਤੇ ਲਾਲ ਬਿੱਠ ਠੀਕ ਹੈ ਲਾਲ ਚੀਨਾ ਅਤੇ ਇੱਕ ਕਬੂਤਰ ਸੀ ਸ਼ਾਇਦ ਜਮਾਂਦਰੂ ਕਾਲਾ ਫੂੰਜਾ ਅਤੇ ਦੋਵੇਂ ਪਾਸੇ ਕਾਪੇ ਜਿਹੇ ਬਣੇ ਸੀ ਨਾ ਮੰਨ ਕੇ ਚੱਲ ਵੀ ਇੱਕ ਪਾਸੇ ਗੁਲਾਬੀ ਕਾਂਤ ਜੀ ਸੀ ਲੰਮੀ ਵਾਹਵਾ ਸਾਰੀ ਇੱਕ ਪਾਸੇ ਟੂਸਾ ਜਿਹਾ ਸੀ ਲੰਮਾ ਜਿਹਾ ਆਹ 2 ਰੰਗਾਂ ਦੇ ਕਬੂਤਰ ਦੇਖੋ ਚੰਗਾ ਇੱਕ ਦੀ ਗੁਲਾਬੀ ਕਾਂਤ ਟੂਸਾ ਜਮਾਂਦਰੂ ਕਾਲੀ ਟੌਰੀ ਅਤੇ ਇੱਕ ਲਾਲ ਚੀਨਾ ਲਾਲ ਬਿੱਠਦਾ ਫਿੱਕੀਆਂ ਹਰੀਆਂ ਬਗਲਾਂ ਤੋਤੇ ਰੰਗੀਆਂ ਓਕੇ ਬਾਈ ਅਤੇ ਠੀਕ ਹੈ ਜੀ ਬਾਏ ਬਾਏ ਸਾਰੇ ਵੀਰ ਨੂੰ ਗੁੱਡ ਨਾਈਟ